काम होंदा वा तरीके नाल, ठीक है कि नहीं। आपां कानून नूं हथ चंगा लैणा। ओह डैडी जी तरीका ते दस्सो किहड़ा जे। ओह मैं तैनूं दस दिंदा, तूं इदां कर, तूड़ी वाले अंदर जा, उत्थे इक पीले रंग दा रस्सा पिया वा। रस्सा पिया वा? हाँ। उहनूं करना? ओह यार मैं तैनूं दस दिंदा वी की करना वा, तूं लै के ते आ। चलो मैं लै आउंदा। ठीक है कि नहीं, जा लिया। पैसे तो इन्हां दा प्यो वी दऊगा हुणे इत्थे। ओह गल ते इहो ही आ भाजी, पैसे निकल आउण ते मैं इहदा सिर फूकणा वा। मैं निकल आउण के बस काला ना पई, ठीक है। दिमाग खराब हो गया मेरे दी शक्ल वेख के उहदी ते। बाकी रौला ना बहुता पायो, आंढ गुआंढ किसे नूं पता ना लगे। अपना काम करके ते वेले। चलो वेख लो तुसीं सैणे दी जितना करना। आ जाओ लै के दा दा। ਡੈਡੀ ਨੇ ਕਰਨਾ ਕੀ ਆ? ਨਾ ਦੱਸਣੀ ਡੇ ਆ ਵੀ ਇਹਨੂੰ ਕੀ ਕਰਨਾ ਕੀ ਨਹੀਂ। ਚੱਲ ਲੈ ਜਾਂਦਾ ਫੇਰ, ਨਾ ਕਦੇ ਗੁੱਸੇ ਹੋਏ ਤੂੰ ਲੈ ਜਾਣੀ ਆ। ਲਾਤਾ ਪਤਾ ਲੋਕ ਲਾਤਾ ਮੰਮੀ, ਉਧਰ ਰਹਿ ਗਿਆ ਬਸ, ਉਧਰ ਵੀ ਲਾ। ਚੱਲ ਆ ਵਧੀਆ ਕੀਤਾ ਈ ਓ, ਇਦਾਂ ਕਰ ਵੀ ਚੱਲ ਉਧਰ ਵੀ ਲਾ ਲਈਏ ਜਾ ਕੇ, ਠੀਕ ਵਾ ਨਾ? ਮਹਾ ਤੇ ਹੱਥ ਆਇਆ, ਇਹਨੂੰ ਜਾਣ ਨਹੀਂ ਦੇਣਾ ਹੁਣ। ਜੀਵਨ ਹਾਂਜੀ, ਗੇਟ ਨੂੰ ਲੋਕ ਲਾਤਾ ਸੁੱਖੀ ਸਾਂਦੀ, ਕੀ ਗੱਲ ਗੱਲ ਕਾਦੀ ਆ ਭੈਣ ਜੀ? ਆ ਪਰਮਾਇਆ ਜੀ। ਅੱਛਾ ਅੱਛਾ, ਆਹੋ ਤੇ ਤਾਂ ਹੀ ਡਈਆਂ ਸੀ ਆਪਾਂ, ਮੈਂ ਕਿਹਾ ਵੀ ਬੂਹੇ ਬਾਏ ਮਾਰ ਦਈਏ। ਤੇ ਮੇਰੀ ਸੁਣ ਲਓ ਗੱਲ, ਇਹਨੂੰ ਹੁਣ ਨਿਕਲ ਨਾ ਦਿਓ, ਇਹ ਚਲਾਕ ਬੜੇ ਮਾਂ ਪੁੱਤ। ਇਸੇ ਕਰਕੇ ਭੈਣ ਜੀ ਪੱਕੇ ਅਰੇਂਜਮੈਂਟ ਕਰ ਲਏ ਆ ਵੀ ਭੱਜ ਨਾ ਜਾਣ। ਚਾਚੀ ਜੀ ਮੇਰੀ ਸੁਣੋ ਗੱਲ, ਇਹਦੇ ਚਲਾਕ ਬੜਾ ਹੀ ਆ, ਕਿੱਦਾਂ ਗਿਆ ਇੱਥੇ? ਉਹ ਤੇ ਮੈਨੂੰ ਸਮਝ ਨਹੀਂ ਆਉਂਦੀ, ਇਹਨੇ ਜੱਸ ਨੇ ਫੋਨ ਕੀਤਾ ਸੀਗਾ ਤੇ ਪਤਾ ਨਹੀਂ ਮਨ ਮੇਰ ਪੈ ਗਈ ਕਿਤੇ ਤੇ ਆਪੇ ਹੀ ਆ ਗਿਆ ਵਾ। ਤੇ ਮੇਰੀ ਸੁਣ ਲਓ ਗੱਲ, ਗੱਲਾਂ ਤਾਂ ਬੜੀਆਂ ਰਹੀਆਂ ਜੇ ਕਰਨ, ਇਹ ਚਲਾਕ ਬਹੁਤ ਜ਼ਿਆਦਾ, ਇੰਨਾ ਚੱਲ ਜਾਣਾ ਜੇ ਕਿਸੇ ਨੂੰ ਕਿਸੇ ਪਾਸੇ ਦਾ ਲਾ ਕੇ, ਤੇ ਤੂੰ ਆਪਣੇ ਤਾਏ ਨੂੰ ਫੋਨ ਲਾਉਣਾ ਹੈ, ਆਪਣੇ ਵੀਰ ਨੂੰ ਲਾਉਣਾ ਹੈ। ਫੋਨ ਲਾਇਆ ਨਹੀਂ ਆ? ਨਾ ਜੇ ਕਿੱਥੇ ਲਾਇਆ ਵਾ, ਲਾਉਣੀ ਆ, ਮੈਨੂੰ ਚੇਤਾ ਹੀ। ਤੇਰਾ ਵੀ ਦਿਮਾਗ ਹੀ ਹੈ ਨੀਗਾ, ਜਾ ਜਾ ਕੇ ਫੋਨ ਕਰ ਪਹਿਲਾਂ। ਫੋਨ ਕਰਨ ਦਾ ਤਾਂ ਮੈਨੂੰ ਚੇਤਾ ਭੁੱਲ ਗਿਆ, ਮੰਮੀ ਸਹੀ ਕਹਿਣ ਡਏ ਆ, ਹੈਗੇ ਤਾਂ ਇੰਨੇ ਚਲਾਕ ਆ ਦੋਵੇਂ ਮਾਂ ਪੁੱਤ, ਹੋਰ ਨਾ ਇੱਦਾਂ ਦੀ ਸਕੀਮ ਲਾਉਣ ਤੇ ਨਿਕਲ ਹੀ ਜਾਣ ਸਾਡੇ ਹੱਥ ਹੀ ਨਾ ਆਉਣ। ਫੋਨ ਲਾਉਣੀ ਪਹਿਲਾਂ ਡੈਡੀ ਨੂੰ ਵੀ ਆ ਜਾਓ ਕਰਨ। ਹੈਲੋ, ਹਾਂਜੀ ਡੈਡੀ, ਕਿੱਥੇ ਤੁਸੀਂ? ਅਜੇ ਹਰਚੋ ਆ ਲਈ ਆ? ਠੀਕ ਆ, ਤੇ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਉਹ ਪਰਮ ਆਇਆ ਵਾ ਤੇ ਤੁਸੀਂ ਆ ਜਾਓ ਹੁਣ। ਹਾਂਜੀ, ਤੁਸੀਂ ਤਾਇਆ ਜੀ ਨੂੰ ਤੇ ਡਬਲੀ ਭਾਜੀ ਨੂੰ ਵੀ ਨਾਲ ਹੀ ਲੈ ਕੇ ਆਇਓ, ਇਹ ਨਾ ਹੋਵੇ ਕਿ ਉਹ ਕਾਬੂ ਹੀ ਨਾ ਆਵੇ ਆਪਣੇ ਕੋਲੋਂ। ਹਾਂਜੀ, ਨਹੀਂ ਨਹੀਂ ਲੋਕ ਲਾ ਦਿੱਤੇ ਆ, ਮੈਂ ਲੋਕ ਲਾ ਕੇ ਤੇ ਫਿਰ ਹੀ ਤੁਹਾਨੂੰ ਫੋਨ ਕੀਤਾ ਵਾ, ਤੇ ਤੁਸੀਂ ਆ ਜਾਇਓ, ਆ ਕੇ ਫੋਨ ਕਰ ਦਿਓ, ਮੈਂ ਲੋਕ ਖੋਲ ਦੂੰਗੀ ਤੇ ਅੰਦਰ ਆ ਜਾਇਓ ਫਿਰ, ਤੇ ਆ ਕੇ ਇਹਨਾਂ ਨੂੰ ਫਿਰ ਪੁੱਛੋ ਸਾਰਾ। ਹਾਂਜੀ ਚਲੋ ਠੀਕ ਆ, ਜਲਦੀ ਤੁਰ ਪਓ ਫਿਰ ਇੱਥੋਂ। ਹਾਂਜੀ ਹਾਂਜੀ, ਆ ਜਾਓ। ਓਕੇ ਪੁੱਤ, ਹੋ ਗਈ ਹੈ ਗੱਲ ਤੇਰੇ ਪਿਓ ਨਾਲ? ਹੋ ਗਈ ਮੰਮੀ। ਅੱਛਾ, ਕੀ ਆਉਂਦੇ ਆ? ਉਹ ਕਹਿੰਦੇ ਸੀ ਹਰਚੋ ਵਾਲਾ ਤੇ ਬਸ ਆ ਗਏ 15-10 ਮਿੰਟਾਂ ਦੇ ਵਿੱਚ। ਚੱਲ ਸ਼ੁਕਰ ਵਾ, ਛੇਤੀ ਆ ਰਿਹਾ ਹੁਣ। ਮੈਨੂੰ ਇਹ ਡਰ ਲੱਗਣ ਡਿਆ ਵਾ ਕਿ ਦੋਵੇਂ ਚਲਾਕ ਬੜੇ ਆ ਤੇ ਸਾਡਾ ਕਿਹੜਾ ਵਾਸ ਚੱਲਣਾ ਵਾ, ਜਨਾਨੀਆਂ ਦੇ ਹੱਥਾਂ ਵਿੱਚ ਕੀ ਹੁੰਦਾ ਵਾ। ਮੈਂ ਤਾਂ ਕਿਹਾ ਵਾ ਕਿ ਜਲਦੀ ਆ ਜਾਓ ਤੇ ਤਿੰਨੇ ਜਾਣੇ ਆਏ ਹੋ, ਇਹ ਕਿਹਾ ਕਿ ਨਿਕਲ ਨਾ ਜਾਣ, ਤੇ ਮੈਂ ਡੈਡੀ ਉਹਨਾਂ ਨੂੰ ਕਿਹਾ ਵੀ ਸਾਰਿਆਂ ਨੂੰ ਨਾਲ ਹੀ ਲੈ ਕੇ ਆਇਓ, ਤੇ ਨਾਲੇ ਉਹ ਕਹਿੰਦੇ ਵੀ ਧਿਆਨ ਰੱਖਿਓ ਇਹਨਾਂ ਦਾ, ਹੈਗੇ ਬੜੇ ਚਲਾਕ ਆ, ਹੋਰ ਨਾ ਆਪਾਂ ਨੂੰ ਚਕਮਾ ਦੇਈਏ ਤੇ ਨਿਕਲ ਜਾਣੇ ਨੇ। ਚੱਲ ਕੋਈ ਨਹੀਂ ਪੁੱਤ, ਮੈਂ ਲਾਗੇ ਜਾ ਕੇ ਬਹਿਨੀ ਆ ਤੇ ਤੂੰ ਵੀ ਧਿਆਨ ਰੱਖੀ ਚੰਗਾ, ਨਜ਼ਰ ਪੂਰੀ ਰੱਖਣੀ ਆ। ਹਾਂਜੀ ਹਾਂਜੀ, ਕੋਈ ਨਹੀਂ ਤੁਸੀਂ ਬੈਠੋ ਤੇ ਮੈਂ ਵੀ ਆ ਗਈ। ਮੰਮੀ ਜੀ ਆਇਆ ਨਹੀਂ ਹਾਲੇ ਤੱਕ ਕੋਈ ਵੀ? ਆਉਂਦੀਆਂ ਹੀ ਹੋਣੀਆਂ ਵਾ ਇੱਥੇ ਹੁਣ।
ਹੋਰ ਪੁੱਤ ਕਿੱਥੇ ਇੰਨਾ ਚਿਰ ਰਿਹਾ ਵਾ, ਕਿਤੇ ਤੂੰ ਫੋਨ ਵੀ ਨੀ ਕੀਤਾ। ਬਸ ਤਾਈ ਜੀ ਤੁਹਾਨੂੰ ਦੱਸਿਆ ਹੀ ਹੋਣਾ ਮੰਮੀ ਜੀ ਨੇ ਕਿਹੜੀ ਮੁਸੀਬਤ ਦੇ ਵਿੱਚ ਫਸੇ ਹੀ ਅਸੀਂ। ਆਹੋ ਦੱਸਿਆ ਹੀ ਤੇਰੀ ਮੰਮੀ ਜੀ ਨੇ, ਸਾਰਾ ਸਾਨੂੰ ਪਤਾ ਵਾ। ਹੋਰ ਸੁਣਾਓ ਭਾਜੀ, ਠੀਕ ਠਾਕ ਹੋ? ਹਾਂਜੀ ਵਧੀਆ ਭਾਬੀ, ਤੁਸੀਂ ਸੁਣਾਓ ਆਪਣਾ। ਬਸ ਠੀਕ ਹੈ ਭਾਜੀ। ਚਲੋ ਤੁਸੀਂ ਗੱਪਾਂ ਛੱਪਾਂ ਮਾਰੋ ਸਾਰੇ ਜਾਣੇ, ਤੇ ਮੈਂ ਚਾਹ ਬਣਾ ਕੇ ਲਿਆਵਾਂ। ਹੈ ਪੁੱਤ? ਮੰਮੀ ਕੋਈ ਨਹੀਂ, ਤੁਸੀਂ ਬੈਠੋ, ਮੈਂ ਲੈ ਕੇ ਆਉਂਦੀ ਚਾਹ। ਚੱਲ ਠੀਕ ਹੈ, ਤੂੰ ਹੀ ਬਣਾ ਲਿਆ ਫਿਰ। ਚਾਹ ਮੰਮੀ ਜੀ ਬਾਅਦ ਚੋਂ ਪੀਂਦੇ ਹਾਂ, ਮੈਂ ਮਾੜੀ ਜੀ ਜਸ ਨਾਲ ਗੱਲ ਕਰਨੀ ਸੀ ਤੇ ਮੈਂ ਗੱਲ ਕਰ ਲਾਂ। ਆਹ ਜਸ ਮਾੜੀ ਜੀ ਮੈਂ ਨਾ ਆ ਜਾਓ, ਕਰ ਲਓ ਜਿਹੜੀ ਗੱਲ ਕਰਨੀ। ਆ ਵੇਖ ਲਓ ਭੈਣ ਜੀ, ਅਸੀਂ ਇੱਥੇ ਬੈਠੇ ਰਹਿ ਗਏ ਹਾਂ ਤੇ ਉਹ ਲੈ ਕੇ ਜਸ ਨੂੰ ਗਾਂ ਹੋਇਆ ਵਾ। ਦੱਸ ਐਡੀ ਕਿਹੜੀ ਗੱਲ ਕਰਨੀ ਸੀ ਇਹਨੇ, ਇੱਥੇ ਗੱਲ ਕਰ ਲੈਂਦਾ ਤੁਹਾਡੇ ਸਾਹਮਣੇ। ਭੈਣ ਜੀ ਕਈ ਗੱਲਾਂ ਹੁੰਦੀਆਂ ਵਾ, ਦੋਵੇਂ ਜੀ ਆ ਕਿੰਨੇ ਟਾਈਮ ਬਾਅਦ ਮਿਲੇ ਆ, ਕਰਨੀ ਹੋਊਗੀ ਕੋਈ ਆਪਣੀ ਗੱਲ, ਫਿਰ ਕੀ ਇਹਦੇ ਚੱਲ ਗਏ ਆ। ਆਹੋ ਚਲੋ ਕਈ ਗੱਲਾਂ ਹੁੰਦੀਆਂ, ਵਾਵਾ ਦਿਨਾਂ ਬਾਅਦ ਮਿਲੇ ਆ, ਠੀਕ ਆ ਚੱਲ ਗਏ ਹੋਣੇ ਕੋਈ ਗੱਲ ਕਰਨ। ਇਹਨਾਂ ਖੱਟਾ ਨਾ ਹੋਏ ਤੇ ਲੈ ਗਿਆ ਉਹਨੂੰ ਬਾਹੋਂ ਫੜ ਕੇ ਬਾਹਰ, ਪਤਾ ਨਹੀਂ ਕਿਹੜੀ ਗੱਲ ਕਰਨੀ। ਇੰਨਾ ਚਿਰ ਮੇਰੇ ਲਾਗੇ ਬਹਿ ਰਿਹਾ ਵਾ, ਮੇਰੇ ਨਾਲ ਤਾਂ ਕੋਈ ਗੱਲ ਵੀ ਨਹੀਂ ਕੀਤੀ, ਹੁਣ ਪਤਾ ਨਹੀਂ ਕੀ ਗੱਲ ਕਰਦਾ। ਹੁਣ ਆ ਕੇ ਦੱਸੂਗਾ ਮੈਨੂੰ, ਪੁੱਛੂ ਦੱਸਾਈ ਜ਼ਰੂਰ ਇਹਨੂੰ ਮੈਂ। ਹਾਂਜੀ ਦੱਸੋ ਕੀ ਗੱਲ ਕਰਨੀ। ਲੱਗ ਗਿਆ ਸੀ ਮੇਰੇ ਬਿਨਾਂ ਦਿਲ ਤੇ ਦਾ। ਆਹੋ ਦਿਲ ਲੱਗ ਹੀ ਗਿਆ ਸੀ, ਸਾਰੇ ਘਰ ਹੀ ਸੀਗੇ, ਲੱਗ ਗਿਆ ਸੀ ਦਿਲ ਮੇਰਾ। ਮੇਰੀ ਗੱਲ ਸੁਣ, ਮੈਂ ਤੇਰੇ ਨਾਲ ਇਹ ਗੱਲ ਕਰਨੀ, ਵੇਖ ਤੇਰੇ ਪਰਿਵਾਰ ਨੇ ਮੇਰੀ ਮਾਂ ਨੂੰ ਕਿੱਦਾਂ ਰੱਖਿਆ। ਤੇ ਕੀ ਹੋ ਗਿਆ ਉਹਨਾਂ ਨੂੰ, ਵਧੀਆ ਤਰੀਕੇ ਨਾਲ ਤਾਂ ਰੱਖਿਆ ਵਾ, ਵਧੀਆ ਰੋਟੀ ਪਾਣੀ ਦੇਂਦੇ ਆ ਅਸੀਂ ਉਹਨਾਂ ਨੂੰ, ਵਧੀਆ ਉਹਨਾਂ ਨੂੰ ਰੱਖਣ ਡੇ ਆ। ਤੁਸੀਂ ਉਹਨਾਂ ਨੂੰ ਪੁੱਛ ਲਓ ਨਾ, ਜੇ ਉਹਨਾਂ ਨੂੰ ਕੋਈ ਤੰਗੀ ਦਿੱਤੀ ਇੱਥੇ ਤਾਂ ਵਧੀਆ ਤਰੀਕੇ ਨਾਲ ਉਹਨਾਂ ਦਾ ਰਹਿਣ ਸਹਿਣ ਸੀਗਾ, ਇੱਥੇ ਵਧੀਆ ਰੋਟੀ ਦੇਈਦੀ ਟਾਈਮ ਨਾਲ, ਕੋਈ ਤਾਂ ਪ੍ਰੋਬਲਮ ਨਹੀਂ ਇੱਥੇ ਰਹਿਣ ਦੇ ਵਿੱਚ। ਜਸ ਤੂੰ ਤਾਂ ਮੈਨੂੰ ਕਹੀ ਜਾਂਦੀ ਆ ਕਿ ਹਾਂ ਬਈ ਅਸੀਂ ਚੰਗੀ ਤਰ੍ਹਾਂ ਰੱਖਿਆ, ਪਰ ਮੰਮੀ ਕੋਲ ਮੈਂ ਪੁੱਛਿਆ ਨਾ ਤੇ ਮੰਮੀ ਕਹਿੰਦੀ ਮੈਨੂੰ ਕੈਦੀਆਂ ਵਾਂਗ ਰੱਖਿਆ ਇਹਨਾਂ ਨੇ, ਇੱਕ ਦਿਨ ਢਿੱਲੀ ਹੋ ਗਈ ਕਿਤੇ ਵਿਚਾਰੀ, ਤੇ ਤੁਸੀਂ ਉਦਣ ਕਿੱਦਾਂ ਕੀਤਾ ਉਹਦੇ ਨਾਲ, ਹੱਦ ਹੋਈ ਤੇਰੇ ਪਰਿਵਾਰ ਦੀ। ਮੰਮੀ ਕਹਿੰਦੀ ਕਿ ਮੈਂ ਇੱਕ ਦਿਨ ਇਹਨਾਂ ਨੂੰ ਕਿਹਾ ਕਿ ਚੱਲ ਮੈਂ ਠੀਕ ਨਹੀਂ ਹੈਗੀ, ਮੈਨੂੰ ਲੈ ਜਾਓ ਨਾਲ ਤੇ ਮੈਂ ਪਰਮ ਨੂੰ ਮਿਲ ਆਉਣੀ ਹੈ ਜਾ ਕੇ, ਤੇ ਤੁਸੀਂ ਮਾਸਾ ਨਿਕਲ ਦਿੱਤਾ ਉਹਨਾਂ ਨੂੰ। ਪਰ ਮੇਰੀ ਗੱਲ ਸੁਣੋ, ਉਦੋਂ ਉਹ ਕਿੰਨਾ ਬਿਮਾਰ ਸੀਗੇ, ਜੇ ਉਹਨਾਂ ਨੂੰ ਇਕੱਲਿਆਂ ਨੂੰ ਭੇਜ ਦਿੰਦੇ ਤਾਂ ਰਾਹ ਵਿੱਚ ਉਹਨਾਂ ਨੂੰ ਕੁਛ ਹੋ ਜਾਂਦਾ ਤੇ ਫਿਰ ਕੌਣ ਜ਼ਿੰਮੇਵਾਰ ਸੀਗਾ, ਫਿਰ ਤੁਸੀਂ ਉਲਟਾ ਆਣ ਕੇ ਸਾਨੂੰ ਕਹਿਣਾ ਇਹਨਾਂ ਨੂੰ ਇਕੱਲੀ ਭੇਜ ਦਿੱਤੀ ਮੇਰੀ ਮਾਂ। ਉਹ ਤੇ ਗੱਲ ਚੱਲ ਤੇਰੀ ਠੀਕ ਆ ਕਿ ਤੂੰ ਨਹੀਂ ਇਕੱਲਿਆ ਮੰਮੀ ਨੂੰ, ਉਹ ਤੇ ਤੂੰ ਸਿਆਣਾ ਕੰਮ ਕੀਤਾ, ਪਰ ਜਿਹੜਾ ਤੁਸੀਂ ਇੱਥੇ ਰੱਖ ਕੇ ਉਹਨਾਂ ਮੰਮੀ ਨਾਲ ਵਰਤਾਰਾ ਕੀਤਾ ਵਾ ਨਾ, ਉਹ ਚੰਗਾ ਨਹੀਂ ਹੈਗਾ। ਸਮਝ ਆਈ ਮੇਰੀ ਗੱਲ? ਇੱਕ ਤੇ ਤੂੰ ਉਹਨਾਂ ਦੀਆਂ ਧੀ ਤੇ ਧੀਆਂ ਇਦਾਂ ਨਹੀਂ ਕਰਦੀਆਂ ਹੁੰਦੀਆਂ, ਨੌ ਨਾ ਬਣ, ਧੀ ਬਣ ਕੇ ਰਹਿ। ਪਰ ਹੈਗੀ ਤਾਂ ਮੈਂ ਨੂੰ ਹੀ ਆ, ਪਰ ਮੈਂ ਧੀ ਬਣਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਤੇਰੀ ਮਾਂ ਨੇ ਮੈਨੂੰ ਧੀ ਬਣਾਇਆ ਨਹੀਂ, ਨੂੰ ਹੀ ਬਣਾ ਕੇ ਰੱਖਿਆ, ਤੇ ਫਿਰ ਨੂੰਹਾਂ ਵਾਲੇ ਕੰਮ ਕਰਨੇ ਨਾ ਮੈਂ ਉਹਦੇ ਨਾਲ। ਮੇਰੀ ਗੱਲ ਇਦਾਂ ਨਹੀਂ ਬਣਨੀ, ਇਹਨੂੰ ਹੁਣ ਇਮੋਸ਼ਨਲ ਬਲੈਕਮੇਲ ਕਰਦਾ। ਜਸ ਮੇਰੀ ਗੱਲ ਸੁਣ, ਮੈਂ ਪੁਰਾਣੀਆਂ ਗੱਲਾਂ ਨਹੀਂ ਕਰਨਾ ਚਾਹੁੰਦਾ ਹੁਣ ਤੇਰੇ ਨਾਲ, ਠੀਕ ਆ? ਤੇ ਹੁਣ ਇਦਾਂ ਕਰ, ਮੈਂ ਵੀ ਆ ਗਿਆ ਵਾਂ ਤੇ ਮੰਮੀ ਵੀ ਇੱਥੇ ਆ, ਤੇ ਤੂੰ ਆਪਣਾ ਸਮਾਨ ਪੈਕ ਕਰ ਤੇ ਅਸੀਂ ਪਿੰਡ ਚੱਲੀਏ, ਆਪਣਾ ਘਰ ਆਪਣਾ ਹੀ ਹੁੰਦਾ। ਕਿੰਨਾ ਚਲਾਕ ਬਣਦਾ ਵਾ, ਚਲਾਕੀਆਂ ਤਾਂ ਇਹਦੀਆਂ ਮੈਨੂੰ ਸਾਰੀਆਂ ਸਮਝ ਆਉਂਦੀਆਂ ਵਾ। ਦੋਵੇਂ ਮਾਂ ਪੁੱਤ ਉੱਥੇ ਬਹਿ ਕੇ ਸਲਾਹ ਕਰਦੇ ਹੋਣੇ ਨਾ ਵੀ ਇੱਦਾਂ ਕਹਿੰਦੇ ਇਹਨੂੰ, ਇੱਦਾਂ ਆਪਣੀਆਂ ਗੱਲਾਂ ਵਿੱਚ ਲੈਂਦੇ ਆ, ਪਰ ਮੈਂ ਵੀ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਆਉਣ ਵਾਲੀ ਨਹੀਂ ਗੀ। ਕੋਈ ਗੱਲ ਨਹੀਂ ਪੁੱਤ, ਤੂੰ ਥੋੜ੍ਹਾ ਟਾਈਮ ਤਾਂ ਠਹਿਰ, ਆ ਜਾਣੀ ਤੇਰੀ ਵੀ ਵਾਰੀ, ਹੁਣ ਤੇਰਾ ਵੀ ਹਾਲ ਕੀ ਹੋਊਗਾ ਤੂੰ ਵੀ ਯਾਦ ਰੱਖੂੰਗਾ। ਨਾਲੇ ਜਾਣ ਦੀ ਗੱਲ ਕਰਦਾ ਵਾ, ਤੇਰੇ ਨਾਲ ਤਾਂ ਮੈਂ ਕਦੀ ਵੀ ਨਹੀਂ ਜਾਊਂਗੀ, ਜਿਹੜੇ ਕੰਮ ਤੂੰ ਕੀਤੇ ਆ ਤੇਰੇ ਨਾਲ ਜਾਣਾ ਬਣਦਾ ਵੀ ਨੀਗਾ। ਉੱਤੋਂ ਆਣ ਕੇ ਇਹ ਕਹਿਣ ਲੱਗ ਗਿਆ ਕਿ ਹਾਂ ਮੇਰੇ ਨਾਲ ਚੱਲ, ਨਿਕਲਣ ਦੀ ਕੋਸ਼ਿਸ਼ ਕਰਦੇ ਮਾਂ ਪੁੱਤ ਦੋਵੇਂ, ਇਹ ਨਹੀਂ ਪੁੱਛਿਆ ਵੀ ਹਾਂ ਵੀ ਮੈਂ ਦੱਸਿਆ ਹੀ ਕਿ ਆਪਣੇ ਘਰ ਬੱਚਾ ਹੋਣ ਵਾਲਾ ਵਾ, ਉਹ ਨਹੀਂ ਇਹਨੇ ਇੱਕ ਵੀ ਗੱਲ ਕੀਤੀ ਵੀ ਹਾਂ ਇਹ ਵੀ ਕੋਈ ਗੱਲਬਾਤ ਹੈਗੀ ਆ ਕਿ ਨਹੀਂ, ਇੰਨਾ ਤਾਂ ਫਿਕਰ ਹੈ ਹੀ ਨਹੀਂ, ਬਸ ਆਪਣੀ ਜਾਨ ਛਡਾਉਣ ਦਾ ਪਤਾ ਵਾ ਵੀ ਮੈਂ ਕਿਸੇ ਤਰੀਕੇ ਆਪਣੀ ਜਾਨ ਛਡਾਵਾਂ। ਭੈਣ ਜੀ ਤੁਸੀਂ ਹੁਣ ਠੀਕ ਠਾਕ ਨਾ? ਹਾਂਜੀ ਹਾਂਜੀ ਭੈਣ ਜੀ, ਦਵਾਈ ਖਾਂਦੀ ਆ, ਫਰਕ ਵਾ ਹੁਣ ਮੈਨੂੰ, ਉੱਦਾਂ ਵੀ ਮੁੰਡੇ ਵੱਲ ਵੇਖ ਕੇ ਜ਼ਿਆਦਾ ਖੁਸ਼ ਹੋ ਗਏ ਤਾਂ ਹੁਣ ਠੀਕ ਹੋ ਗਈ। ਆਹੋ ਭੈਣ ਜੀ, ਫਰਕ ਤਾਂ ਪੈਂਦਾ ਹੀ, ਪਰ ਤੁਹਾਨੂੰ ਪਤਾ ਆ ਗਿਆ। ਹਾਂਜੀ ਕਰ ਰਹੇ ਆ ਗੱਲ। ਆਹੋ ਉੱਦਾਂ ਗੱਲ ਰਹੀ, ਜ਼ਰੂਰੀ ਕੋਈ ਕਰਨੀ ਉਹਨਾਂ ਦੇ, ਮੈਂ ਕਿਹਾ। ਅੱਛਾ ਠੀਕ ਆ, ਚੱਲ ਆਏ ਜਿਹੜਾ ਕਿ ਬਾਹਰ, ਮੈਂ ਵੀ ਗੱਲ ਕਰਨੀ ਤੇਰੇ ਨਾਲ। ਚਲੋ ਮੈਂ ਕਿਹਾ ਵੇਖ ਲਾ ਮੁੰਡਾ ਆਇਆ ਵਾ ਤੇ ਮਿੰਟੋ ਮਿੰਟ ਹੀ ਲੈ ਕੇ ਬਾਹਰ ਚੱਲ ਗਈ ਆ, ਚਲਾਕ ਬਹੁਤ ਆਉਂਦਾ। ਬਰਦਾਸ਼ਤ ਨਹੀਂ ਨਾ ਹੋਇਆ ਵੀ ਕੁੜੀ ਨਾਲ ਪਤਾ ਨਹੀਂ ਕਿਹੜੀ ਗੱਲ ਕਰ ਆਇਆ ਵਾ, ਕੋਈ ਸਕੀਮ ਖੇਡਣੀ ਹੋਣੀ ਆ ਫਿਰ ਰਲ ਕੇ ਉਹਦੇ ਨਾਲ, ਰਾਹ ਲੱਭ ਲਈਏ ਕਿਤੇ ਭੱਜਣ ਦਾ। ਵੇਖ ਲਾ ਤੁਹਾਡੇ ਬੰਦਿਆਂ ਦਾ ਕੰਮ ਇੰਨਾ ਨੀ ਵੀ ਫੋਨ ਕੀਤਾ ਵਾ ਤੇ ਤੁਸੀਂ ਹੁਣ ਹੀ ਟਾਈਮ ਨਾਲ ਛੇਤੀ ਨਾਲ, ਇਹਨਾਂ ਦੀ ਇਲੈਕਸ਼ਨ ਦੀ ਪਈ ਰਹਿੰਦੀ ਬਸ।
बिस्तरा पैक कर चलिए पिंड फिर चुके खड़ना वा मेरी एक गल दा जवाब होर दो इन्हां दी हुण सुलह हो गई है आहो तेन की दसा तो सारा टब्बर एक मुठ होया ही घ्यो खिचड़ी हो पे सारे सारे एक दूजे को सलाह लैके तुरदे आ मम्मी फिर नहीं बजदे टुंबा दो ने फसाया एक राजबीर वा ना कि एक मेरे हाथ आ गया चंगी तरह ठेना फड़ के मैं ओदा सारा बेड़ा गरकिया उन्हें सारी गल बात दसी आके इन्हां नूं दसां नहीं मेरा नंबर नहीं दिता इन्हां नूं ओदा ही बेड़ा करके सारा के सारियां गल्लां उन्हें दसियां वा नंबर चलन डिया वा ओह घरों इदां गए आ ओदां गए सारियां गल्लां उन्हें कीतियां एक बारी मिल जाए मैनूं मैं नहीं छड्डणा उन्हूं साडी मम्मी माड़ी किस्मत सी माड़ी की आ उन्हें कीती माड़ी साडी है नहीं चल तोर देखदियां होणियां ओ डैडी जी फिर रुपिंदर दा फोन आउण डिया वा कहिंदे छेती आ जाओ कोई गल नहीं ओदा इह आ उन्हां कहिंदे ध्यान रखियो जरा मैं मेरे छो मैं कर लू जो करना वा थाने थूने फड़ा दिए थाने नहीं फड़ा Yeah.
अपने रुपये कढ़ने रुपये कढ के भजा देना ठीक ठाक तुम दसो कि मैं रहा कि इना चेर बड़े चिर बाद दर्शन हो तुम दसा ना मम्मी जी उन्होंने गए ही रिश्तेदार को दसा था इन्होंने उत्थे फस गए। हाँ जी चलो कोई गल नहीं हूँ ठीक है सब। हाँ जी बड़ा वधिया सब ठीक। चलो वधिया गल तुम सुनाओ अपनी गल बस टाइम पास हो रहा अपना। होर फसल का किदा? फसल ठीक है तो किदा फिर बने को बार बूर का काम? हाँ जी हाँ जी बार तो चलन डे वा काम। अच्छा हाँ जी लै जाएंगे थोड़े टाइम तक डैडी होना। अच्छा हाँ जी ठीक है चलो वधिया गल। तो परम कि टाइम लगना भी जी आने पासपोर्ट कराते जमा? हाँ जी डैडी जी करवाते हैं जमा थोड़े टाइम तक आ जाना वा पासपोर्ट अखबार है। चलो भाजी अपनी चंगी बड़ी रोटी खान डी तेन चंगा भला कड्या बहर तू ओथे ही पुआड़े पाके सब कुछ कर करा के कित्थे आ गया आ होर नवा स्यापा फिर अपने गल आपे पाया तू जे सब कुछ कीता ही ते टुंबा लैन कादे लई आगे तुम लैनिया नहीं मैं अपनिया तेरा भी पता वा हुण तू मिच करना अपने नाल दे नूं बाहर खड़ के मुड़ के की पता मेरे वल वेखणा कुछ ना कुछ ते मेरे कोल हुंदा ओह भी तुहाडे करके आया मैं ते इत्थे भी तुहाडे करके मेरे करके नहीं आया सारा स्यापा तेरा ही आ हुण भुगत हुण मैं की भुगतना नाल भुगतोगे तुसीं मैं भुगतां नाल तेरे तू मेरा किन्ना का सवार है तेरा मैं सवार हर गल गल घर रखना तू मेरे को इना 6-7 लाख दईए ते निकल गए इत्थों फिर गल करके वेख ला मनदे आ ते ओ देखले भी जे डिकन डए आ मनना की उहनां ने तू ही शुरू कीती गल मेरी गल सुनो आपां इन्हां नाल कोई ना इहो जिहा गलत काम नहीं करना जिहड़ा लोकां नूं चंगा ना लगे ते मैं हुण मारना इन्हां नूं इक डरावा। अच्छा सिर्फ डरावा ही मारना वा ते पैसे इन्हां कोल कढ़ने आ किसी तरह इन्हां नूं मनाउणा वा। अच्छा ठीक आ हां जी जे फिर भी ना गल बणी ते फिर चुप करके आपां पुलिस कंप्लेंट कर देणी इत्थों घरों चुका देणी पीले रंग दा रस्सा पिया वा यार मैं तेन दस देना भी की करना वा तू लै के आ। चलो मैं लै आना फिर ठीक है कि नहीं जा लिया पैसे तो इन्हों प्यो भी दूगा हमने इतने वो गल तो यही है भाजी पैसे निकल आने तो मैं सिर फूकना मैं निकल आने बस कला ना पाई ठीक है कि नहीं दिमाग खराब हो गया मेरे तो शक्ल वेख के वो बाकी रौला ना बहुता पायो आंढ़ गुआढ़ किसी पता ना लगे अपना काम करके तो वेले। चलो वे तो सैने से जितना कर आ जाओ लैके दवा दो डैडी ने करना की है ना दसनी डे भी इन्हू की करना की नहीं
ਚੱਲ ਲੈ ਜਾਂਦਾ ਵਾ ਫੇਰ ਨਾ ਕਿਤੇ ਗੁੱਸੇ ਹੋਏ ਮੈਨੂੰ ਤੇ ਤੂੰ ਲੈ ਕੇ ਨਹੀਂ ਆਇਆ। हाय हाय मैनू तो यह नहीं समझ आई भी उत्थे करन की डे आ ना मैनू किसी गल का पता लगन डिया वा जे मैं बिच जाके बैठी तो भी मैं गुस्से होना इन्हों ने तो जस भी उत्थे बैठी ना मैं जस में पूछ सकती हूँ। चल एक गल हैगी भाजी सियाने आ जो भी करना वा उन्होंने सोच समझ के आपे सारी गल कर लैनी है पर मैं तो कहनी हाँ ना इनू फड़ के एक बारी चटनी बना माँ पुतों की जोड़ा इन्ना तंग किया इन्होंने इन्ना तंग किया ही ना जोड़े दिन कट्टे आ ना वह मैनू पता वा रात रात सौंदी नहीं रही सारी सारी मैं। चल कोई नहीं वेखनी आ कोई ना कोई हाल तो आपे होना ही है ना हुण इह गल दा।